ਸਤਿ ਸ਼੍ਰੀ ਅਕਾਲ। ਪੰਜਾਬ ਭਾਰਤ ਯੂਕੇ ਦੀਆਂ ਇੰਗਲਿਸ਼, ਪੰਜਾਬੀ ਅਤੇ ਗੁਜਰਾਤੀ ਦੀਆਂ ਖਬਰਾਂ ਦੇ ਇੱਕਮਾਤਰ ਪੋਰਟਲ ਇੰਡੀਅਨ ਟਾਈਮਸ ਹਿੰਦੀ.com ਵਿੱਚ ਤੁਹਾਡਾ ਸਾਰਿਆਂ ਦਾ ਸਵਾਗਤ ਹੈ। ਇਸ ਵਿੱਚ ਤੁਹਾਨੂੰ ਸਥਾਪਿਤ ਕਾਰੋਬਾਰ ਅਤੇ ਸਾਧਨ ਜਾਣਕਾਰੀ ਵੀ ਮਿਲੇਗੀ। ਮੇਰਾ ਨਾਮ ਸੌਰਵ ਸ਼ਰਮਾ ਹੈ ਅਤੇ ਅੱਜ ਦੀਆਂ ਮੁੱਖ ਖਬਰਾਂ ਨੇ। ਪੰਜਾਬ ਵਿੱਚ ਕੇਂਦਰ ਨੇ ਸੈਕੰਡਰੀ ਤੇ ਲਾਈਫ ਟਰਮ ਦੇਣ ਵਾਲੇ ਬਿੱਲ ਨੂੰ ਖਾਰਿਜ ਕਰ ਦਿੱਤਾ ਹੈ ਅਤੇ ਹਰਿਆਣਾ ਵਿੱਚ ਹਲਕਾ ਜਿਹਾ ਭੁਕਮ ਮਹਿਸੂਸ ਕੀਤਾ ਗਿਆ ਹੈ। ਭਾਰਤ ਵਿੱਚ ਪੀਐਮ ਨਰਿੰਦਰ ਮੋਦੀ ਨੇ GST ਹੇਠ ਸਿੰਗਲ ਰੇਟ ਤੋਂ ਇਨਕਾਰ ਕਰ ਦਿੱਤਾ ਹੈ ਅਤੇ ਪਾਕਿਸਤਾਨੀ ਜੇਲਸ ਵਿੱਚ 471 ਭਾਰਤੀ ਹਨ। ਯੂਕੇ ਵਿੱਚ ਪੁਲਿਸ ਨੇ ਰੇਸ਼ਲ ਸਲਰਸ ਤੇ ਇੱਕ ਅਧਿਕਾਰੀ ਨੂੰ ਬਰਖਾਸਤ ਕਰ ਦਿੱਤਾ ਹੈ ਅਤੇ ਯੂਕੇ ਨੇ ਸਵਿਸ ਬੈਂਕਸ ਵਿੱਚ ਪਾਰਕਿੰਗ ਪੈਸੇ ਦੇਣ ਲਈ ਦੇਸ਼ਾਂ ਦੀ ਸੂਚੀ ਵਿੱਚ ਸਭ ਤੋਂ ਉੱਪਰ। ਸਾਡਾ ਜੁੜੇ ਦੋਸਤੋ, ਅਸੀਂ ਪੰਜਾਬ, ਭਾਰਤ ਅਤੇ ਯੂਕੇ ਦੀਆਂ ਮਹੱਤਵਪੂਰਨ ਖਬਰਾਂ ਦੇ ਨਾਲ ਚੰਡੀ ਵਾਪਸ ਆਵਾਂਗੇ। ਇੰਡੀਅਨ ਟਾਈਮਸ ਸੀਰੀਜ਼ ਤੁਹਾਡਾ ਸਾਰਿਆਂ ਦਾ ਸਵਾਗਤ ਹੈ। ਪੰਜਾਬ ਦੀਆਂ 10 ਮੁੱਖ ਖਬਰਾਂ ਹਨ। ਕੇਂਦਰ ਨੇ ਉਸ ਵਿਵਾਦ ਨੂੰ ਦੋਸ਼ੀ ਠਹਿਰਾਉਂਦੇ ਹੋਏ ਲੋਕਾਂ ਦੇ ਲਈ ਜੀਵਨ ਕਾਰਾਵਾਸ ਦੇਣ ਵਾਲੇ ਰਾਜ ਬਿੱਲ ਨੂੰ ਖਾਰਿਜ ਕਰ ਦਿੱਤਾ ਹੈ, ਜਿਸ ਵਿੱਚ ਇਹ ਸਿਰਫ ਉਸ ਅਪਮਾਨਜਨਕ ਸਿੱਖ ਧਰਮ ਨੂੰ ਸ਼ਾਮਿਲ ਕਰਦਾ ਹੈ। ਇਸ ਬਿੱਲ ਨੂੰ ਰਾਜ ਵਿੱਚ ਸੈਕਰੀਜ਼ ਦੀ ਵੱਧਦੀ ਸੰਖਿਆ ਦੇ ਬਾਅਦ ਪੇਸ਼ ਕੀਤਾ ਗਿਆ ਸੀ। ਹਰਿਆਣਾ ਦੇ ਸੋਨੀਪਤ ਜ਼ਿਲ੍ਹੇ ਅਤੇ ਉਸਦੇ ਆਸ ਪਾਸ ਦੇ ਇਲਾਕਿਆਂ ਵਿੱਚ 4.0 ਹਿਟ ਦੇ ਭੂਕੰਪ ਦੇ ਨਾਲ ਦਿੱਲੀ NCR ਅਤੇ ਨੌਰਥ ਇੰਡੀਆ ਦੇ ਕੁਝ ਹੋਰ ਹਿੱਸਿਆਂ ਵਿੱਚ ਹਲਕੇ ਝਟਕਿਆਂ ਨੂੰ ਮਹਿਸੂਸ ਕੀਤਾ ਗਿਆ ਹੈ। ਜੀਵਨ ਦੀ ਹਾਨੀ ਦਾ ਸੰਪਤੀ ਦਾ ਕੋਈ ਨੁਕਸਾਨ ਨਹੀਂ ਰਿਪੋਰਟ ਕੀਤਾ ਗਿਆ। CM ਅਮਰਿੰਦਰ ਸਿੰਘ ਨੇ ਡਰੱਗ ਮੈਨੇਜ ਨੂੰ ਰੋਕਣ ਦੇ ਤਰੀਕਿਆਂ 'ਤੇ ਚਰਚਾ ਕਰਨ ਦੇ ਲਈ ਆਪਣੇ ਮੰਤਰੀ ਮੰਡਲ ਦੀ ਇੱਕ ਬੈਠਕ ਬੁਲਾਈ ਹੈ। ਸਿੰਘ ਹਾਲ ਹੀ ਵਿੱਚ ਡਰੱਗਸ ਤੋਂ ਸੰਬੰਧ ਮੌਤਾਂ ਵਿੱਚ ਪੁਲਿਸ ਜਾਂਚ ਦੀ ਪ੍ਰਗਤੀ ਦੀ ਸਮੀਖਿਆ ਕਰਨ ਨੂੰ ਚਾਹੁੰਦਾ ਹੈ। ਇੱਕ ਨਨ ਜਿਨ੍ਹੇ ਪੰਜਾਬ ਦੇ ਕੈਥੋਲਿਕ ਬਿਸ਼ਪ ਵੱਲੋਂ ਸੈਕਸ਼ੁਅਲ ਹਰਾਸਮੈਂਟ ਦਾ ਆਰੋਪ ਲਗਾਇਆ ਹੈ ਨੇ ਕੇਰਲਾ ਪੁਲਿਸ ਦੇ ਕੋਲ ਵੀ ਸ਼ਿਕਾਇਤ ਦਰਜ ਕਰਾਈ ਹੈ। ਕਾਊਂਟਰ FIR ਵਿੱਚ ਬਿਸ਼ਪ ਨੇ ਉਸ ਨੂੰ ਖਤਮ ਕਰਨ ਦੀ ਧਮਕੀ ਦੇਣ ਦੇ ਲਈ ਨਨ ਦੇ ਖਿਲਾਫ਼ ਇੱਕ ਸ਼ਿਕਾਇਤ ਦਰਜ ਕਰਾਈ ਹੈ। ਜਸਟਿਸ ਰਣਜੀਤ ਸਿੰਘ ਕਮਿਸ਼ਨ ਨੇ ਬਾਰਹਾਰੀ ਸੈਕਰੀਜ਼ ਦੀ ਘਟਨਾ ਅਤੇ ਲਾਸਟ ਲੀ ਰਿਪੋਰਟ ਅਤੇ ਬਹਿਬਾਲ ਕਲਾਮ ਵਿੱਚ ਰਿਜ਼ਲਟਿੰਗ ਪੁਲਿਸ ਗੋਲੀਬਾਰੀ ਕੀਤੀ ਗਈ ਹੈ। ਕਮਿਸ਼ਨ ਵਿੱਚ ਰਾਜ ਦੇ ਸੈਕਰੀਜ਼ ਮਾਮਲਿਆਂ ਦੀ ਜਾਂਚ ਦੇ ਲਈ ਕੌਂਸਟੀਟਿਊਟ ਕੀਤਾ ਗਿਆ ਸੀ। ਸਾਬਕਾ ਗੁਰਦਾਸਪੁਰ SHO ਰਣਜਿੰਦਰ ਕੁਮਾਰ ਨੂੰ ਟ੍ਰਾਂਸਫਰ ਕਰ ਦਿੱਤਾ ਗਿਆ ਅਤੇ ਜ਼ਿਲ੍ਹਾ ਪੁਲਿਸ ਆਫਿਸਰ ਵਿੱਚ ਇੱਕ ਸ਼ਾਖਾ ਵਿੱਚ ਤਾਇਨਾਤ ਕੀਤਾ ਗਿਆ ਹੈ। ਉਹਨਾਂ 'ਤੇ ਡਰੱਗ ਤਸਕਰਾਂ ਨੂੰ ਸੁਰੱਖਿਅਤ ਮਾਰਗ ਪ੍ਰਦਾਨ ਕਰਨ ਅਤੇ ਜ਼ਿਲ੍ਹੇ ਵਿੱਚ ਆਪਣੀ ਗਤੀਵਿਧੀਆਂ ਨੂੰ ਬੜਾਵਾ ਦੇਣ ਦਾ ਆਰੋਪ ਸੀ। ਮੈਡੀਕਲ ਐਜੂਕੇਸ਼ਨ ਐਂਡ ਰਿਸਰਚ ਵਿਭਾਗ ਨੇ 3 ਪ੍ਰਾਈਵੇਟ ਮੈਡੀਕਲ ਕਾਲਜਸ ਵਿੱਚ 50% ਸਰਕਾਰੀ ਕੋਟਾ ਸੀਟਸ ਦਾ ਅੰਤ ਕਰਨ ਦਾ ਫੈਸਲਾ ਕੀਤਾ ਹੈ। ਇਸ ਨੂੰ ਹੁਣ ਰਾਜ ਦੇ ਸਾਰੇ ਮੈਡੀਕਲ ਕਾਲਜਸ ਵਿੱਚ ਪ੍ਰਵੇਸ਼ ਨੂੰ ਨਿਯੰਤਰਿਤ ਕਰਨ ਦੇ ਲਈ ਆਪਣੀ ਪਿਛਲੀ ਨੋਟੀਫਿਕੇਸ਼ਨ ਵਿੱਚ ਸੰਸ਼ੋਧਨ ਦੀ ਪ੍ਰਕਿਰਿਆ ਸ਼ੁਰੂ ਕਰ ਦਿੱਤੀ ਹੈ। ਪੰਜਾਬ ਪੁਲਿਸ ਦੇ ਕਾਊਂਟਰ ਇੰਟੈਲੀਜੈਂਸ ਵਿੰਗ ਨੇ BSF ਦੇ 105 ਬਟਾਲੀਅਨ ਦੇ ਨਾਲ 14 ਕਰੋੜ ਰੁਪਏ ਦੇ 2.5 ਕਿਲੋ ਹੀਰੋਇਨ ਦੇ 5 ਪੈਕੇਟ ਵਸੂਲ ਕੀਤੇ ਹਨ। ਹੀਰੋਇਨ ਨੂੰ ਕਸੌਕ ਬੋਰਡਰ ਪੋਸਟ ਦੇ ਕੋਲ 2 ਜ਼ਬਤ ਕਰ ਦਿੱਤਾ ਗਿਆ ਸੀ। ਰਾਜ ਨੇ ਜ਼ਿਲ੍ਹਾ ਅਧਿਕਾਰੀਆਂ ਨੂੰ ਇਹ ਸੁਨਿਸ਼ਚਿਤ ਕਰਨ ਦੇ ਆਦੇਸ਼ ਦਿੱਤੇ ਹਨ ਕਿ ਫੂਡ ਸੇਫਟੀ ਡਿਸਪਲੇ ਬੋਰਡਸ ਨੂੰ ਉਨ ਜਗ੍ਹਾਵਾਂ 'ਤੇ ਸੈੱਟ ਕੀਤਾ ਜਾਣਾ ਚਾਹੀਦਾ ਹੈ ਜਿੱਥੇ ਫੂਡ ਬਿਜ਼ਨਸ ਓਪਰੇਟਰਸ ਨੇ ਆਪਣਾ ਵਪਾਰ ਕੀਤਾ ਹੈ। ਫੂਡ ਸੇਫਟੀ ਅਤੇ ਸਟੈਂਡਰਡਸ ਰੈਗੂਲੇਸ਼ਨਸ 2011 ਦੇ ਪ੍ਰਾਵਧਾਨਾਂ ਹੇਠ ਹਰ ਸਮੇਂ ਮੁੱਖ ਜਗ੍ਹਾ 'ਤੇ ਲਾਇਸੈਂਸ ਦੀ ਇੱਕ ਕਾਪੀ ਡਿਸਪਲੇ ਕਰਨੀ ਜ਼ਰੂਰੀ ਹੈ। ਖਾਲਸਾ ਕਾਲਜ ਗਵਰਨਿੰਗ ਕਾਊਂਸਿਲ ਨੇ ਅਗਲੇ 5 ਸਾਲਾਂ ਦੇ ਲਈ ਯੂਨੈਨਿਮਸਲੀ ਆਪਣੇ ਐਗਜ਼ੀਕਿਟਿਵ ਬੋਡੀ ਨੂੰ ਫੇਰ ਤੋਂ ਨਿਯੁਕਤ ਕਰ ਦਿੱਤਾ ਹੈ। ਸੱਤਜੀਤ ਸਿੰਘ ਮਜੀਠੀਆ ਲਗਾਤਾਰ 3ਜੇ ਟਰਮ ਦੇ ਲਈ ਪ੍ਰੈਜ਼ੀਡੈਂਟ ਚੁਣੇ ਗਏ ਹਨ, ਜਦਕਿ ਰਾਜਿੰਦਰ ਵਮਨ ਸਿੰਘ ਚਿੰਨਾ ਨੇ 4ਥੇ ਵਾਰ ਪਰਿਸ਼ਦ ਦੇ ਆਨਰਰੀ ਸੈਕਟਰੀ ਦੀ ਪਦ ਬਰਕਰਾਰ ਰੱਖੀ ਹੈ। ਸਾਡੇ ਨਾਲ ਜੁੜੇ ਦੋਸਤੋ, ਅਸੀਂ ਭਾਰਤ ਅਤੇ ਯੂਕੇ ਦੀਆਂ ਮਹੱਤਵਪੂਰਨ ਖਬਰਾਂ ਦੇ ਨਾਲ ਜਲਦੀ ਵਾਪਸ ਆਵਾਂਗੇ। ਇਹਨਾਂ ਟਾਈਮ ਸੀਰੀਜ਼ ਤੁਹਾਡਾ ਸਾਰਿਆਂ ਦਾ ਸਵਾਗਤ ਹੈ। ਭਾਰਤ ਦੀਆਂ 10 ਮੁੱਖ ਖਬਰਾਂ ਹਨ। PM ਨਰਿੰਦਰ ਮੋਦੀ ਨੇ GST ਹੇਠ ਸਿੰਗਲ ਟੈਕਸ ਰੇਟ ਤੋਂ ਇਨਕਾਰ ਕਰ ਦਿੱਤਾ ਹੈ ਅਤੇ ਕਿਹਾ ਹੈ ਕਿ ਮਰਸੀਡੀਜ਼ ਕਾਰ ਅਤੇ ਦੁੱਧ ਨੂੰ ਇੱਕੋ ਹੀ ਰੇਟ 'ਤੇ ਟੈਕਸ ਨਹੀਂ ਕਰ ਸਕਦੇ ਹਨ। ਉਹਨਾਂ ਨੇ ਕਿਹਾ ਹੈ ਕਿ ਇੱਕ ਸੇਮ 18% ਦੇ ਰੇਟ ਦੇ ਲਈ ਕਾਂਗਰਸ ਪਾਰਟੀ ਦੀ ਮੰਗ ਨੂੰ ਸਵੀਕਾਰ ਕਰਨ ਤੋਂ ਭੋਜਨ ਅਤੇ ਜ਼ਰੂਰੀ ਸਮਾਨ ਦੇ ਟੈਕਸੇਸ਼ਨ ਵਿੱਚ ਤੇਜ਼ੀ ਆਏਗੀ। ਬਾਇਲੈਟਰਲ ਸਮਝੌਤੇ ਦੇ ਪ੍ਰੋਵੀਜ਼ਨ ਤੋਂ ਭਾਰਤ ਅਤੇ ਪਾਕਿਸਤਾਨ ਨੇ ਇੱਕ ਦੂਜੇ ਦੀ ਜੇਲ੍ਹ ਵਿੱਚ ਦਰਜ ਸਿਵਲੀਅਨ ਕੈਦੀਆਂ ਅਤੇ ਮਛੁਆਰੇ ਦੀ ਸੂਚੀਆਂ ਨੂੰ ਐਕਸਚੇਂਜ ਕੀਤਾ ਹੈ। ਐਕਸਟਰਨਲ ਅਫੇਅਰਸ ਮਿਨਿਸਟਰੀ ਨੇ ਕਿਹਾ ਹੈ ਕਿ ਪਾਕਿਸਤਾਨ ਨੇ ਭਾਰਤ ਦੇ ਨਾਲ 53 ਸਿਵਲੀਅਨ ਕੈਦੀਆਂ ਅਤੇ 418 ਮਛੁਆਰੇ ਦੀ ਇੱਕ ਸੂਚੀ ਸ਼ੇਅਰ ਕੀਤੀ ਹੈ ਜੋ ਭਾਰਤੀ ਹਨ ਜਾਂ ਭਾਰਤੀ ਮੰਨੇ ਗਏ ਹਨ। ਮਹਾਰਾਸ਼ਟਰ ਦੇ ਧੂਲੇ ਜ਼ਿਲ੍ਹੇ ਵਿੱਚ ਇੱਕ ਮੌਬ ਨੇ 5 ਲੋਕਾਂ ਨੂੰ ਸਸਪੀਸ਼ਨ ਦੇ ਨਾਲ ਚੁੱਕਿਆ ਸੀ ਕਿ ਉਹ ਚਾਈਲਡ ਲਿਫਟਰਸ ਦੇ ਗੈਂਗ ਦਾ ਹਿੱਸਾ ਸੀ। ਘਟਨਾ ਦੇ ਸਿਲਸਿਲੇ ਵਿੱਚ 15 ਲੋਕਾਂ ਨੂੰ ਹਿਰਾਸਤ ਵਿੱਚ ਲੈ ਲਿੱਤਾ ਗਿਆ ਹੈ। ਮਾਈਨੋਰਿਟੀ ਮਾਮਲਿਆਂ ਦੇ ਯੂਨੀਅਨ ਮਿਨਿਸਟਰ ਮੁਖਤਾਰ ਅਬਾਸ ਨਕਵੀ ਨੇ ਕਿਹਾ ਕਿ ਉਹ ਪਹਿਲੀ ਵਾਰ ਸੀ ਕਿ ਭਾਰਤ ਦੀ ਮੁਸਲਿਮ ਔਰਤਾਂ ਆਦਮੀ ਸਾਥੀ ਦੇ ਬਿਨਾ ਹਜ ਤੇ ਜਾ ਰਹੀ ਸੀ। ਇਸ ਸਾਲ ਮਹਿਰਮ ਦੇ ਬਿਨਾ ਕੁੱਲ 1,308 ਔਰਤਾਂ ਹਜ ਕਰਨ ਜਾ ਰਹੀਆਂ। ਭਾਰਤ ਆਪਣੀ ਇੰਟਰਕੌਂਟੀਨੈਂਟਲ ਬੈਲਿਸਟਿਕ ਮਿਸਾਈਲ ਸਿਸਟਮ Agni-5 ਦੇ ਪਹਿਲੇ ਬੈਚ ਨੂੰ ਸ਼ਾਮਿਲ ਕਰਨ ਦੀ ਪ੍ਰਕਿਰਿਆ ਵਿੱਚ ਹੈ। ਇਹ ਚਾਈਨਾ ਵਿੱਚ ਆਪਣੀ ਸੀਮਾ ਦੇ ਅੰਦਰ ਟੀਚਾ ਲਗਾਏਗਾ ਅਤੇ ਦੇਸ਼ ਦੀ ਮਿਲਟਰੀ ਸ਼ਕਤੀਆਂ ਨੂੰ ਜ਼ਰੂਰੀ ਰੂਪ ਤੋਂ ਮਜ਼ਬੂਤ ਕਰਨ ਦੀ ਉਮੀਦ ਹੈ। ਐਮਬੈਟਰਡ ਲਿਕਰ ਬੈਰਨ ਵਿਜੇ ਮਾਲਿਆ ਦੇ ਜ਼ਬਤ ਲਗਜ਼ਰੀ ਜੈੱਟ ਨੂੰ ਫਲੋਰੀਡਾ ਆਧਾਰਿਤ ਏਵੀਏਸ਼ਨ ਮੈਨੇਜਮੈਂਟ ਸਟੇਜ ਵਿੱਚ 34.8 ਕਰੋੜ ਰੁਪਏ ਦੇ ਲਈ ਵੇਚ ਦਿੱਤਾ ਗਿਆ ਹੈ। ਸਰਵਿਸ ਟੈਕਸ ਅਧਿਕਾਰੀ ਕਿੰਗਫਿਸ਼ਰ ਏਅਰਲਾਈਨਸ ਤੋਂ ਸਰਵਿਸ ਟੈਕਸ ਦੇ ਭੁਗਤਾਨ ਦੇ ਵਜ੍ਹਾ ਤੋਂ 800 ਕਰੋੜ ਰੁਪਏ ਦੀ ਜਮ੍ਹਾਂ ਰਾਸ਼ੀ ਦੇ ਲਈ ਆਪਣੀ ਬਕਾਇਆ ਰਾਸ਼ੀ ਵਸੂਲਣ ਦੀ ਕੋਸ਼ਿਸ਼ ਕਰ ਰਹੇ ਹਨ।
28 सीट्स वाली बस यात्रियों के नाल ओवरलोडेड होने से 48 लोगों की मौत हो गई है और 12 होर घायल हो गए हैं। उत्तराखंड के पौड़ी जिले में एक गौरज सड़क तो 200 मीटर से गिर गया। अधिकारियों ने एक्सीडेंट के पीछे की वजह अजे तक पता नहीं लगी है। साउथ कश्मीर हिमालयाज में अमरनाथ के गुफा मंदिर की एनुअल तीर्थ यात्रा पलगाम और बाल्टल मालगा से फिर तो शुरू हो गई है। खराब मौसम की वजह तो इसको निलंबित कर दिया गया। बाढ़ के खतरे की वजह तो हाईवे से ट्रैफिक में सावधानी के उपाय के रूप में निलंबित कर दिया गया। एक लेटेस्ट एनालिसिस के मुताबिक भारत में मातृभाषा के रूप में 19,500 तो ज़्यादा भाषावां या डायलैक्ट्स बोले जाते हैं। भारत में 10,000 या ज़्यादा लोगों वालों 121 भाषावां बोली जाती हैं जिनकी आबादी 121 करोड़ है। अक्षय कुमार की टॉयलेट एक प्रेम कथा बॉक्स ऑफिस से एक विजेता उभरी है। फिल्म ने खुले शौच के मुद्दे को संबोधित किए और यह लेख लोगों के जीवन को कैसे प्रभावित करता है वह दसिया। अक्षय हुण टॉयलेट पार्ट 2 के टीजर को शेयर करके एक सरप्राइज खबर शेयर करने के लिए ट्विटर पर गए। साढ़े नाल जुड़ो दोस्तों, असं यूके दी महत्वपूर्ण खबर के नाल जल्दी वापस आवेंगे। indiantimes.com तो सारा का फिर तो स्वागत है। यूके दी 10 मुख्य खबर हैं। ब्रिटिश वुमेन पुलिस अधिकारी कैथी बारनार्ड के भारतीय रेस्टोरेंट के कर्मचारियों के खिलाफ रेसिस्ट लर्स को कथित तौर पर फेंकन के लिए बर्खास्त कर दिया गया है। नॉर्थ अम्बरिया पुलिस के बैरक्स के 14 दिसंबर 2017 को न्यूकासल में पंजाब के फूड आउटलेट स्पाइस के कर्मचारियों के खिलाफ अपमानजनक शब्दों का इस्तेमाल किया। यूके स्विस बैंक से उसके पैसे पार करने वाले देशों की सूची में सब तो उत्ते है। यूके स्विस बैंक के नाल कुल विदेशी पैसों के CHF 403 बिलियन के बारे में सब तो वड्डा हिस्सा है। भारत 73% पर पहुँच गया है। फायर क्रूज लैंकाशायर विच मूरलैंड के तेजी तो डिवेलपिंग एग्रेसिव अग तो लड़न के लिए जारी है। एक वड्डी घटना घोषित की गई जब तेज़ हवा ने दो वड्डी अग नूं मुख संचार मास के क्लोज मर्ज करन दा वजह बना दिता। एनवायरमेंटल सैकटरी माइकल गोव ने EU के नाल एक नवा कस्टम साझेदारी के लिए PM थेरेसा मे के पसंदीदा विकल्प के शरारिक रूप से एक रिपोर्ट ब्रिफ्ट की। प्रतिक्रिया तद आई जब गोव ने महसूस किया कि सरकार के दस्तावेज ने प्रस्ताव से अपने आपत्तियों को कट किया है। सीनियर बिजनेस लीडर ट्रेवर लॉकहार्ट ने दावा किया है कि कोई एविडेंस नहीं है कि ब्रेक्सिट नॉर्दर्न आयरलैंड इकोनॉमी के लिए वादा किया गया देश प्रदान करेगा। लॉकहार्ट नॉर्दर्न आयरलैंड इंप्लॉयर के बॉडी की चेयर है। ब्रिटिश इंडस्ट्री का कंफेडरेशन स्वेल्टरिंग टेंपरेचर के दिनों के बाद 164 साल के इतिहास आंधी के लिए अपनी पहली मौसम चेतावनी जारी की है। मौसम सेवा ने पिछले महीने आंधी के लिए नवी सलाह दी थी। NHS इंग्लैंड के चीफ एग्जीक्यूटिव सिमन स्टीवंस ने दावा किया है कि नो डील ब्रेक्सिट सिनेरियो के लिए हेल्थ सेवा तैयार करने के लिए एक व्यापक योजना चल रही है। दवावां अते इक्विपमेंट्स की सप्लाई के कोल इमीडिएट योजना हो रही है। सरकार के नवे प्रपोजल हेठ 3 साल की मिनिमम टेनेंसी टर्म शुरू की जाएगी ताकि लोगों को इंग्लैंड में घरों में ज़्यादा सुरक्षा प्रदान की जाएगी। आंकड़े दसते हैं कि वर्तमान में 80% किराएदारों के कोल 6 या 12 महीने का कॉन्ट्रैक्ट होता है। नॉरफोक बीच में एक बीच से बाउंसी कासल तो फेंकन के बाद एक बच्चे की मौत हो गई है। पैरामेडिक्स 4 मिनट के अंदर सीन पर पहुंचते कुड़ी जेम्स पैगेट अस्पताल ले गए थे जिथे उनकी मौत हो गई। मशहूर TV शो क्लैंगर्स के को क्रिएटर पीटर फर्मिन की मौत 89 साल की उम्र हो गई है। फर्मिन ने होर क्लासिक बच्चों के शो जिस तरह की आई वॉज द इंजन और नॉगिंग द नॉग बनाने भी मदद की। एक छोटी बीमारी के बाद उनकी मौत उन्होंने कैंट के घर में हुई। 2014 फर्मिन बैफ्टा लाइफटाइम अचीवमेंट अवार्ड मिलया। इस न्यूज़ बुलेटिन हूँ समाप्त होता है, पर तुम इंडियन टाइम्स डेली भी लॉकडाउन रहो क्योंकि अगे अं लैके आ रहे हैं बॉलीवुड दी खबरें। इसके अलावा न्यूज़ पोर्टल के अकाउंटिंग फर्म से लेकर वेडिंग प्लानर्स तक सारे UK बिजनेसिस एंड सोशल लग सकते हैं। इंडियन टाइम्स के लिए सारे चाहते हैं कि आज के दिन शुभ ते खुशगवार गुजरे। Acclaimed and versatile actress Tabu says she has no regrets about not getting married. Asked if she is single, Tabu said, I'm as single as ma'am. Next question. An audience member questioned the actress on the single status further, asking Tabu about the one moment she felt being single was the best thing she did. Without a second thought, she said, that you did. Every moment. Awesome. Well, that goes out to every single woman out See, there. See, because I don't know the other side, na? So how can I say that this is better or that is better? Yes, so only if I experience that, then I'll understand ki ye acha tha ya ye acha hai. Do you see yourself getting married at some point of time? And these are all questions which I have no answer to. That's the problem. Tabu also spoke at length about her movies Maqbool, Marches, Astitva, The Namesake, and Chandni Bar, which are among the titles to be shown as part of her retrospective
explaining how each of these titles have been landmarks in over 2-decade-long career. Actress Kajol says she does not want anyone to make a biopic on her life. Interacting with the media at the iconic Brand Award 2018, the actress said, "I don't think I want anyone to make a biopic on me. I think I am living my life the way I want to, and I think I am living my own biopic." Asked how she looks back at her film journey, she said, "People often think that I should have done this or that, but I don't have any regrets. I never think about what I should have done differently in the past. Whatever I have done in my life, I am very happy with that, and I am glad to see that it's all worked out for me." On film front, Kajol is busy with Ela. She will be seen as an aspiring singer and single mother in the film.